ਅਸਲਾਮੁਅਲੈਕੁਮ ਜੀ, ਮੁਬਾਰਕ ਹੋਵੇ ਜੀ, ਬਹੁਤ ਜ਼ਿਆਦਾ ਸਾਨੂੰ ਵੀ ਮੁਬਾਰਕ ਹੋਵੇ, ਤੁਹਾਨੂੰ ਵੀ ਬਹੁਤ ਮੁਬਾਰਕ ਹੋਵੇ। ਬੜੀ ਮਿਹਰਬਾਨੀ, ਸਾਡਾ ਸੋਲਰ ਦਾ ਟੂਵੈਲ ਚੱਲ ਗਿਆ ਜੀ, ਮਾਸ਼ਾਅੱਲਾ ਬੜਾ ਸੋਹਣਾ ਪਾਣੀ ਕੱਢਿਆ, ਠੰਡਾ ਬਰਫ਼ ਵਰਗਾ ਪਾਣੀ ਹੈ, ਅਤੇ ਪਾਣੀ ਵੀ ਬੜਾ ਫੁੱਲ ਕੱਢਿਆ ਹੋਇਆ ਪਾਣੀ। ਆ 5 ਦੀ ਨਾਲ ਆ, 5 ਦੀ ਨਾਲ ਭਰ ਕੇ ਆ ਰਹੀ ਹੈ, ਅੱਲਾ ਦਾ ਸ਼ੁਕਰ ਆ, ਅਤੇ ਅੱਲਾ ਖੈਰੀ ਸਲਾਮਤੀ ਚਲਾਈ ਰੱਖੇ ਜੀ। ਹੁਣ ਸਾਨੂੰ ਬਿੱਲ ਨਹੀਂ ਦੇਣਾ ਪੈਣਾ, ਅਤੇ ਇਹਦਾ ਉਹ ਸ਼ਾਮ ਨੂੰ ਅਸੀਂ ਚਲਾਵਾਂਗੇ। ਸ਼ਾਮ ਨੂੰ ਪਾਣੀ ਤਾਂ ਥੋੜ੍ਹਾ ਹੁੰਦਾ, ਪਰ ਹੁਣ ਇਸ ਟਾਈਮ ਧੁੱਪ ਬੜੀ ਆ, ਮੈਂ ਵੀਡੀਓ ਬਣਾ ਨਹੀਂ ਸਕਦਾ ਪੂਰੀ। ਸ਼ਾਮ ਨੂੰ ਮੈਂ ਬਣਾ ਕੇ ਅਤੇ ਜਲੇਬੀਆਂ ਵੰਡੂੰਗਾ, ਅਤੇ ਉਂਝ ਅੱਲਾ ਵਾਸਤੇ ਤਾਂ ਦੇਗ ਵੀ ਕਿਸੇ ਦਿਨ ਲਾਉਂਦੇ ਹਾਂ, ਉਂਝ ਅੱਜ ਜਲੇਬੀਆਂ ਵੰਡਾਂਗੇ, ਅਤੇ ਬਾਕੀ ਵੀਡੀਓ ਮੈਂ ਤੁਹਾਨੂੰ ਸ਼ਾਮ ਨੂੰ ਦਿਖਾਊਂਗਾ। ਸ਼ਾਮ ਨੂੰ ਇਹ 5 ਵਜੇ ਤੱਕ ਚੱਲਦਾ, ਫਿਰ ਪਾਣੀ ਬਹੁਤ ਘਟਾ ਜਾਂਦਾ। ਚਲੋ ਪਾਣੀ ਘੱਟ ਹੋਊਗਾ, ਪਰ ਉਹ ਫਿਰ ਇੱਥੇ ਵੀਡੀਓ ਬਣਾ ਲਾਂਗੇ। ਠੀਕ, ਚਾਲੂ ਕਰ। ਚਲੋ ਅਸਲਾਮ ਵਾਲੇਕਮ ਜੀ, ਇਸ ਟਾਈਮ ਤੁਸੀਂ ਦੇਖ ਰਹੇ ਹਾਂ ਚਾਚਾ ਬੂਟਾ ਖੜਾ, ਰਾਣਾ ਸਾਹਿਬ ਖੜੇ ਆ, ਸਾਡੇ ਬਹੁਤ ਹੀ ਪਿਆਰੇ ਭਰਾ ਜੀ, ਡੌਨ ਡੌਨ ਯਹਾਂ ਪੇ ਖੜਾ ਜੀ, ਇਹ ਉਸੈਦ ਕੰਬੋ ਤੇ ਇਹਨਾਂ ਦੇ ਪਾਪਾ ਖਲੋਤੇ ਆ ਜੀ, ਚੌਧਰੀ ਅਜ਼ੀਮ ਕੰਬੋ ਸਾਦਕਾਬਾਦ ਜੀ, ਅਲ ਮਦੀਨਾ ਟਰਾਂਸਪੋਰਟ ਵਾਲੇ, ਤੇ ਇਹ ਸਾਡਾ ਬੜਾ ਪਿਆਰਾ ਜੀ, ਇਹਨਾਂ ਦੀ ਮਿਹਰਬਾਨੀ, ਇਹਨਾਂ ਸਫ਼ਰ ਕਰਕੇ ਸਾਨੂੰ ਮਿਲਣ ਆ ਜਾਂਦੇ ਆ ਜੀ। ਤੇ ਅੱਜ ਅਸੀਂ ਆਪਣਾ ਟੂਵਲ ਚਾਲੂ ਕਰਨਾ, ਇੱਧਰ ਨਿਆਣੇ ਵੀ ਦਿਖਾ, ਨਿਆਣੇ ਨਹਾਉਣ ਵਾਸਤੇ ਖਲੋਤੇ ਆ, ਅਸੀਂ ਜਲੇਬੀਆਂ ਵੀ ਲੈ ਕੇ ਆਏ, ਕੈਮਰਾਮੈਨ ਨਾ ਜਲੇਬੀਆਂ ਵੀ ਦਿਖਾਈ ਬੂਟੇ ਦੇ ਹੱਥ 'ਚ ਆ ਜਲੇਬੀਆਂ, ਅਤੇ ਉਹ ਹੁਣ ਇੱਧਰ ਕੈਮਰਾ ਰੱਖੀ, ਉੱਧਰੋਂ ਚਾਲੂ ਕਰਾਉਂਦੇ ਹਾਂ ਉਹਦੇ ਕੋਲੋਂ। ਇੱਥੋਂ ਮੀਆਂ, ਇੱਥੋਂ ਦੇਖੀ ਵੀ, ਚੱਲ ਵੀ ਦੱਬ ਬਟਨ, ਬਟਨ ਦੱਬ, ਚਾਲੂ ਹੋ ਗਿਆ, ਹੋ ਗਿਆ, ਚਲ ਚੱਲ ਗਿਆ, ਪਾਣੀ ਆਉਣ ਲੱਗਾ ਜੀ, ਪਾਣੀ ਆਇਆ ਤਾਂ ਨਹੀਂ, ਬਸ ਲੱਗਿਆ ਆਉਣ ਜੀ, ਪਾਣੀ ਚੱਲ ਗਿਆ, ਬਟਨ ਛੱਡਦਾ ਉਹਨੇ, ਬਟਨ ਛੱਡਦਾ, ਪਾਣੀ ਆਇਆ ਜੀ, ਓ ਵਾਹ ਵਾਹ ਵਾਹ, ਬਹੁਤ ਅੱਛੇ, ਫਿਰ ਠੀਕ ਹੋ ਜਾਏਗਾ ਵੀ, ਪਹਿਲੀ ਦਫਾ ਚੱਲ ਰਿਹਾ ਹੈ ਨਾ, ਪਹਿਲੀ ਦਫਾ ਚੱਲ ਰਿਹਾ, ਹਾਂ ਵੀ ਠੀਕ ਹੋ ਜਾਏਗਾ, ਉਹ ਕਿਉਂ, ਇਹ ਤਾਂ ਵੀਡੀਓ ਖਰਾਬ ਹੋ ਗਈ, ਪਾਣੀ ਪੂਰਾ ਨਹੀਂ ਆਇਆ, ਹਾਲਤ ਪਾਣੀ ਤਾਂ ਪੂਰਾ ਆਇਆ ਨਹੀਂ, ਇਹ ਕੀ ਗੱਲ ਆ, ਪਾਣੀ ਨਹੀਂ ਚੱਕਿਆ ਕਿਉਂ ਫੁੱਲ, ਸੂਰਜ ਮੱਧਮ ਹੋ ਗਿਆ ਬਈ, ਨਾਲਾ ਨਾਲਾ ਸ਼ਾਇਦ ਵੜ ਜਾ, ਸ਼ਾਇਦ ਵੜ ਜਾ, ਵੜ ਜਾ, ਸ਼ਾਇਦ ਜੰਪ ਕਰੋ, 1 2 ਇਹ ਇਧਰ ਦੇਖ ਕੇ ਹਾਉ ਕੈਸੇ ਕਰ, 1 2 3 ਜੰਪ, ਹਾਂਜੀ, ਇਸ ਟਾਈਮ ਸੂਰਜ ਨਹੀਂ ਹੈ, ਸੂਰਜ ਦਾ ਇਸ ਟਾਈਮ ਛਿਪਿਆ ਹੋਇਆ, ਸ਼ਾਮ ਹੋ ਗਈ ਆ, ਸੂਰਜ ਦੀ ਧੁੱਪ ਦੇ ਵਿੱਚ ਤਾਕਤ ਨਹੀਂ ਹੈ, ਤੇ ਉਹ ਤਾਂ ਪਾਣੀ ਥੋੜਾ ਨਿਕਲਿਆ, ਉਂਝ ਪਾਣੀ ਪੂਰਾ ਨਹੀਂ ਜੀ, ਟਾਈਮ ਕਾਫੀ ਹੋ ਗਿਆ ਨਾ ਜੀ, ਟਾਈਮ ਕਾਫੀ ਹੋਣ ਦੀ ਵਜ੍ਹਾ ਨਾਲ ਧੁੱਪ ਘਟ ਗਈ ਆ, ਧੁੱਪ ਥੋੜੀ ਹੋਣ ਦੀ ਵਜ੍ਹਾ ਨਾਲ ਪਾਣੀ ਥੋੜਾ, ਤੇ ਵੈਸੇ ਮਾਸ਼ਾਅੱਲਾ ਬਿਹਤਰੀਨ, ਬੜਾ ਸੋਹਣਾ ਪਾਣੀ ਚੱਕਿਆ ਜੀ, ਕਿਉਂਕਿ ਹੁਣ ਇਸ ਟਾਈਮ ਜਿਹੜਾ ਨਾ ਕੋਈ 4:30 ਦਾ ਟਾਈਮ ਆ, ਤੇ 2 ਵਜੇ ਤੱਕ ਜਿਹੜਾ ਨਾ 3 ਵਜੇ ਤੱਕ ਬਹੁਤ ਅੱਛਾ ਜਿਹੜਾ ਪਾਣੀ ਦੇ ਰਿਹਾ ਸੀ, ਤੇ ਬਹੁਤ ਸਾਰੇ ਲੋਕ ਇਹ ਸਮਝ ਰਹੇ ਵੀ ਸ਼ਾਇਦ ਪਾਣੀ ਕੰਮ ਆ, ਪਾਣੀ ਕੰਮ ਨਹੀਂ ਹੈ, ਪਾਣੀ ਪੂਰੀ ਨਾਲ ਭਰ ਕੇ ਦਿੰਦਾ ਵਾ, ਨਹੀਂ ਜੀ ਪਾਣੀ ਬਹੁਤ ਹੈ ਜੀ, ਹਾਂ ਪਾਣੀ ਫੁੱਲ ਚੱਕਿਆ ਜੀ, ਤੇ ਬੜਾ ਅੱਛਾ ਮੌਕਾ ਵਾ, ਤੇ ਬੱਚੇ ਬੜੇ ਖੁਸ਼ ਆ, ਨਹਾਉਣ ਲਈ ਹਾਂ ਜੀ ਤਿਆਰ ਹੈ, ਤੇ ਬਾਕੀ ਹੁਣ ਫਸਲਾਂ ਦਾ ਵੀ ਆ, ਦੇਖੋ ਕਿ ਆ ਪਾਣੀ ਦੀ ਕਮੀ ਦੀ ਵਜ੍ਹਾ ਤੋਂ ਟਮਾਟਰ ਜਿਹੜੇ ਆ ਇਹ ਖਤਮ ਹੋ ਗਏ, ਆ ਦਿਖਾਓ ਟਮਾਟਰ ਜਿਹੜੇ ਨਾ ਪਾਣੀ ਨਾ ਮਿਲਣ ਦੀ ਵਜ੍ਹਾ ਤੋਂ ਜਿਹੜਾ ਨਾ, ਹਾਂਜੀ ਹਾਂ, ਇਹ ਫਸਲਾਂ ਡਾਊਨ ਹੋਈਆਂ ਪਈਆਂ ਜੀ ਸਾਰੀਆਂ ਪਾਣੀ ਦੀ ਵਜ੍ਹਾ ਤੋਂ, ਨਹੀਂ ਹੁਣ ਤਾਂ ਅੱਲਾ ਕਰੇ ਤਾਂ ਪਾਣੀ ਆ ਗਿਆ ਜੀ, ਹੁਣ ਦਾ ਸ਼ੁਕਰ ਆ, ਲਓ ਜੀ ਅੰਜਮ ਸਰੋਇਆ ਵੀ ਜਿਹੜਾ ਨਾ ਨਹਾਉਣ ਦੇ ਚੱਕਰ 'ਚ, ਹਾਂਜੀ
ਲਓ ਜੀ ਹੁਣ ਜਲੇਬੀ ਵੀ ਵੰਡੀ ਹੈ ਜੀ। ਹਾਂ ਜਲੇਬੀ ਵੰਡੀ ਹੈ, ਬੱਚਿਆਂ ਨੂੰ ਜਲੇਬੀ ਵੀ ਦਈਏ। ਹਾਂ ਬਸ ਬਰਫਾਂ ਵਾਲਾ ਠੰਡਾ ਪਾਣੀ ਜੀ, ਬਿਹਤਰੀਨ ਪਾਣੀ ਜੀ, ਪਾਣੀ ਬੜਾ ਠੰਡਾ ਜੀ। ਹੈਂ ਸਪੀਕਰ ਨਹੀਂ ਬਾਈ, ਬਰਫਾਂ ਵਾਲਾ ਠੰਡਾ ਪਾਣੀ ਆ। ਮੈਂ ਕਹਿੰਦਾ ਕਿਆ ਬਾਤ ਆ, ਬਹੁਤ ਸਵਾਦ ਆ ਰਿਹਾ। ਇਸ ਟਾਈਮ ਸ਼ਾਮ ਦਾ ਹੋ ਗਿਆ ਤੇ ਉਹ ਧੁੱਪ ਕੱਢੀ, ਉਹ ਦੁਪਹਿਰ ਦੇ ਟਾਈਮ ਬੱਬ ਕੇ ਮਾਰਦਾ ਪਾਣੀ, ਇੱਥੇ ਆ ਕੇ ਡਿੱਗਦਾ। ਉਹ ਤੁਹਾਨੂੰ ਕੱਲ ਨੂੰ ਦਿਖਾ ਦੂੰਗਾ, ਉਹ ਵਿੱਚ ਲੈ ਲਾਂਗੇ। ਆਹੋ ਲੈ ਲਾਂਗੇ ਕੱਲ। ਅੱਛਾ ਬੂਟਿਆ ਤੂੰ ਜਲੇਬੀਆਂ ਨਹੀਂ ਮਾਰਦਾ? ਜਲੇਬੀਆਂ ਮੈਂ ਲੱਗੀਆਂ ਵੰਡਣ ਬਾਈ। ਔਰਾਂ ਦੇ ਆਹ ਰਾਣੇ ਨੂੰ ਤੇ ਰਾਣੇ। ਆਹ ਲਓ ਜੀ ਰਾਣਾ ਸਾਹਿਬ, ਆਹ ਫੜੋ ਜੀ, ਇੱਧਰ ਕਰੋ ਜੀ, ਜਲੇਬੀਆਂ ਵੰਡੀਆਂ ਜੀ ਬੱਚਿਆਂ ਨੂੰ। ਹਾਂ ਓਏ ਆ ਵੀ ਬੱਚਿਓ, ਆ ਜਾਓ ਆ ਜਾਓ। ਹਾਂ ਇੱਕ ਵਾਰੀ ਸਿਰ ਥੱਲੇ ਕਰ, ਸ਼ਾਇਦ ਸਿਰ ਥੱਲੇ। ਸ਼ਾਬਾਸ਼ ਫੜੀ ਚੱਲੋ ਬਾਈ, ਇੱਧਰ ਕਰੀ ਕੈਮਰਾ। ਸਾਰੇ ਨਿਆਣਿਆਂ ਨੂੰ ਦਿਓ। ਓਏ ਮੇਰੀ ਗੱਲ ਸੁਣ, ਓਏ ਸ਼ਾਇਦ ਐਸੇ ਕਰਨਾ, ਐਸੇ ਕਰਨਾ, ਖੁਦ ਕਰਨਾ ਯਾਰ ਛੋਟਾ। ਦੋ ਜੀ ਦੋ। ਔਰ ਰਾਣਾ ਸਪੀਕਰ ਬੂਟੇ ਦੇ ਲਾਗੇ ਕਰ। ਹਾਂਜੀ 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 ਹਾਂਜੀ, ਇੱਕ ਮਿੰਟ ਜੀ, ਇੱਕ ਮੀਆਂ ਨੂੰ ਵੀ ਦਿਓ, ਇੱਕ ਮਿੰਟ ਜੀ, ਲਓ ਜੀ ਪਕੜੋ। ਹੋਰ ਕਿਹੜੇ ਰਹਿ ਗਿਆ ਬਾਈ? ਆ ਲੈ ਤੂੰ ਸਾਰਾ ਜਾਪਰ ਹੀ ਫਾੜਾ, ਦੂਆ ਖੋਲ ਲੈਂਦੇ ਆ ਨਵਾਂ ਇਧਰੋਂ ਜਨਾਬ। ਨਹੀਂ ਜੀ ਇਨਸਾਫ਼ ਨਾਲ ਜੀ, ਲਓ ਜੀ ਇਨਸਾਫ਼ ਹੈ ਜੀ, ਬੂਟੇ ਦਾ ਇਨਸਾਫ਼ ਕਰੀ, ਸਾਡਾ ਵੀ ਹਿੱਸਾ ਵਿੱਚ, ਉਹ ਤੁਹਾਡਾ ਹਿੱਸਾ ਬਚੇਗਾ। ਚਲੋ ਸਿਰ ਥੱਲੇ ਕਰ, ਸਿਰ ਥੱਲੇ ਕਰ, ਕਰ ਸਿਰ ਥੱਲੇ ਕਰ, ਕਰ ਕਰ। ਇੱਥੇ ਦੱਸ ਕਿੱਦਾਂ ਠੰਡਾ ਪਾਣੀ, ਇੱਥੇ ਐਸਾ ਲੱਗਦਾ ਹੈ ਕੋਈ ਬਰਫ਼ ਡਾਲ ਦਿਓ ਅੰਦਰ, ਬਰਫ਼ ਡਾਲ ਦਿਓ ਅੰਦਰ। ਵਾਹ ਜੀ ਵਾਹ, ਜਲੇਬੀ ਦਿਓ। ਲਓ ਜੀ ਜਲੇਬੀ, ਕੈਮਰਾ ਮੈਨ ਕੋ ਵੀ ਜੀ ਲਓ, ਲਓ ਜੀ ਆ ਥੋੜੀ ਦੇ ਦੇ, ਥੋੜੀ ਦੇ ਦੇ, ਆ ਸਾਇਦ ਥੋੜੀ ਦੇ ਦੇ ਅਮਣੇ ਦੇ। ਅਜ਼ੀਮ ਸਾਹਿਬ ਸਾਡਾ ਕੰਮ ਕੈਸਾ ਲੱਗਿਆ ਤੁਹਾਨੂੰ? ਮੈਂ ਮਾਸ਼ਾਅੱਲਾ ਜੀ ਬਹੁਤ ਪਿਆਰਾ, ਮੈਂ ਪਹਿਲੀ ਦਫਾ ਸੋਲਰ ਦੇ ਉੱਤੇ ਨਾ ਟਿਊਬਵੈਲ ਦੇ ਚੱਲਦਾ ਦੇਖ ਰਹੇ, ਵੀਡੀਓ ਜ਼ਰੂਰ ਦੇਖੀਆਂ, ਲਾਈਵ ਮੈਂ ਪਹਿਲੀ ਵਾਰੀ ਵੇਖ ਰਿਹਾ। ਇਹ ਪਾਣੀ ਜਿਹੜਾ ਮੈਂ ਇੰਨਾ ਠੰਡਾ, ਗਰਮੀ ਜਿੰਨੀ ਸ਼ਿੱਦਤ ਆ ਉਸ ਹਿਸਾਬ ਨਾਲ ਬਹੁਤ ਜ਼ਿਆਦਾ, ਬਾਕੀ ਇਸ ਤਰ੍ਹਾਂ ਜਿਵੇਂ ਬਰਫ਼ ਪਾ ਕੇ ਪਾਣੀ ਕੱਢਿਆ ਹੁੰਦਾ, ਬਹੁਤ ਠੰਡਾ ਪਾਣੀ, ਬਹੁਤ ਜ਼ਿਆਦਾ। ਕੈਸਾ ਪਾਣੀ ਆਪਣੇ ਨਾ ਫੀਲ ਕਰ ਰਹੇ? ਸਾਰੀ ਉਮਰ ਦਾ ਸੁੱਖ ਆ, ਸਾਰੀ ਉਮਰ ਦਾ, ਇੱਕੋ ਵਾਰੀ ਜਾਨ ਛੁੱਟ ਗਈ, ਪੈਸੇ ਲੱਗ ਗਏ ਹੁਣ ਪੱਕੀ ਪੱਕੀ ਬਚਾ, ਇੱਕ ਵਾਰੀ ਪੈਸੇ ਲੱਗ ਗਏ ਤੇ ਜਾਨ ਛੁੱਟ ਗਈ ਪੱਕੀ। ਕੈਮਰਾਮੈਨ ਨੂੰ ਜਲੇਬੀ, ਇਹਨਾਂ ਗੱਲਬਾਤ ਵੀ ਕੋਈ ਦੱਸ ਵਿੱਚ ਦੀ ਵੀ ਬਿੱਲ ਬੁੱਲ ਨਹੀਂ ਆਣਾ। ਜੋ ਜੀ ਕੈਮਰਾਮੈਨ, ਕੈਮਰਾਮੈਨ ਕੈਮਰਾਮੈਨ ਨੂੰ ਦਿਖਾ ਵੀ, ਕੈਮਰਾ ਦਿਖਾਣੇ ਨਹੀਂ ਜਿਲੇ, ਇੱਧਰ ਇੱਧਰ ਦਿਖਾ ਕੈਮਰਾਮੈਨ। ਹਾਂ ਲਓ ਜੀ ਮੂੰਹ ਮਿੱਠਾ ਕਰ ਲਿਆ, ਬੱਚਿਆਂ ਨੂੰ ਜਲੇਬੀ ਵੰਡ ਦਿੱਤੀ ਆ ਸੀ ਤੇ ਇਹਦਾ ਬਿੱਲ ਨਹੀਂ ਆਣਾ ਜੀ, ਇਹ ਸਾਰੀ ਉਮਰ ਦਾ ਆਰਾਮ ਆ, ਇਹਦੀ 20 ਸਾਲ ਦੀ ਗਰੰਟੀ ਆ ਕੰਪਨੀ ਦੀ, ਤੇ ਪਾਣੀ ਇੱਦਾਂ ਜਿਵੇਂ ਬਰਫ਼ ਪਾਈ ਆ ਜੀ, ਬਹੁਤ ਮਾਸ਼ਾਅੱਲਾ ਸੋਹਣਾ ਤੇ ਠੰਡਾ ਪਾਣੀ ਆ ਜੀ।
ਤੇ ਫਸਲਾਂ ਜਿੱਦਣ ਦਾ ਅਸੀਂ ਇਹ ਲਾਇਆ ਲਾ ਕੇ ਹੁਣ ਚਲਾਇਆ ਜਾਂਦਾ ਜੀ ਹੁਕਮਰਾਜ ਦੇਖੋ ਪਹਿਲੇ ਪਾਣੀ ਇਹ 5-7 ਹਜ਼ਾਰ ਰੁਪਏ ਦਾ ਰੋਜ਼ ਦਾ ਫਾਇਦਾ ਵਾ ਅਗਰ 500 ਰੁਪਏ ਨੂੰ ਵੀ ਘੰਟਾ ਤੁਸੀਂ ਲਾਓ ਤੇ ਫਿਰ ਵੀ 5-7 ਹਜ਼ਾਰ ਦਾ ਲੇਕਿਨ 500 ਦਾ ਘੰਟਾ ਹੈ ਨਹੀਂ 1000 ਰੁਪਏ ਦਾ ਹਾਂਜੀ 500 ਦਾ ਕੋਈ ਨਹੀਂ ਹੈ 500 ਘੰਟਾ ਕੋਈ ਨਹੀਂ ਦੇ ਰਿਹਾ ਜੀ 1000 ਰੁਪਏ ਦਾ ਘੰਟਾ ਵਾ ਤੇ 10 ਹਜ਼ਾਰ 10 ਘੰਟੇ ਵੀ ਅਗਰ ਚੱਲੇ 10 ਹਜ਼ਾਰ ਦਾ ਰੋਜ਼ ਦਾ ਫਾਇਦਾ ਜਿਹੜੀ ਮੇਰੇ ਵਾਲੀ ਬੀਜ ਹਾਂਜੀ 8 ਸਰਦਾਰ ਸਾਹਿਬ ਦੀ ਕੋਸ਼ਿਸ਼ ਆ ਜੀ ਸਰੋਇਆ ਸਾਹਿਬ ਸਾਰੀ ਤੇ ਉਹਨਾਂ ਨੇ ਬੜੀ ਭੱਜ ਨਸਾਈ ਕੀਤੀ ਆ ਜੀ ਉਹ ਅੱਜ ਗਿਆ ਪੱਕਾ ਖਾੜਾ ਲੈਣ ਵਾਸਤੇ ਅਸੀਂ 2 ਕਿੱਲੇ ਪੱਕਾ ਖਾੜਾ ਬਣਾਵਾਂਗੇ ਤੇ ਸਾਰੇ ਮਰੱਬੇ ਨੂੰ ਪਾਣੀ ਲੱਗੇਗਾ ਜੀ ਇਹਦਾ ਹਾਂਜੀ ਅੱਜ ਗਏ ਨੇ ਪੱਕਾ ਖਾੜਾ ਲੈਣ ਵਾਸਤੇ ਉਹਨਾਂ ਨੇ ਅੰਤ ਹੱਕ ਕੋਸ਼ਿਸ਼ ਕੀਤੀ ਜੀ ਬੜੀ ਮਿਹਨਤ ਕੀਤੀ ਜੀ ਪਿਛਲੇ ਸਾਲ ਡੇਢ ਸਾਲ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ ਇਹ ਚੌਰੀ ਸਰਦਾਰ ਦੇ ਸਿਰ ਸਿਰੇ ਆ ਜੀ ਇਹ ਸਾਰੇ ਹਾਂ ਪੈਸੇ ਲਾਏ ਖਰਚਾ ਕੀਤਾ ਟੂਵੈਲ ਆਪਣਾ ਚਲਾਇਆ ਸਲੇਟਾਂ ਤੇ ਹੁਣ ਲੱਗ ਗਈਆਂ ਮੌਜਾਂ ਠੰਡਾ ਪਾਣੀ ਤੇ ਮਿੱਠਾ ਪਾਣੀ ਫਸਲ ਨੂੰ ਵੀ ਅੱਛਾ ਬੰਦਿਆਂ ਨੂੰ ਵੀ ਅੱਛਾ ਤੁਹਾਡੀ ਪਰੇਸ਼ਾਨੀ ਮੁੱਕ ਗਈ ਸਾਰੀ ਸਾਡੀ ਪਰੇਸ਼ਾਨੀ ਮੁੱਕ ਗਈ ਜਿਹੜੀ ਅਸੀਂ ਰੋਜ਼ ਭੱਜੇ ਹੁੰਦੇ ਟੂਲਾਂ ਤੇ ਪਾਣੀ ਨਹੀਂ ਸੀ ਮੁੱਲ ਨਾਲ ਲੱਭਦਾ ਹੁਣ ਸਾਡੇ ਘਰ ਪਾਣੀ ਬਣ ਗਿਆ ਜਿੰਨਾ ਮਰਜ਼ੀ ਲਾਓ ਜਿੰਨਾ ਮਰਜ਼ੀ ਲਾਓ ਫਸਲਾਂ ਨੂੰ ਲਾਓ ਠੰਡਾ ਪਾਣੀ ਮਿੱਠਾ ਪਾਣੀ ਜਲੇਬੀ ਖਾਧੀ ਖਾਧੀ ਗੱਲ ਇਹ ਆ ਵੀ ਇਹ ਜਿਹੜਾ ਸੋਲਰ ਆ ਨਾ ਸੋਲਰ ਦੇ ਫਾਇਦੇ ਜਿਹੜੇ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਪੈਸੇ ਦੀ ਬਚਤ ਹੋਈ ਠੀਕ ਆ ਤੇ ਮੈਂ ਕਹਾਂ ਵੀ ਇੱਥੇ ਸਾਡੇ ਇੱਥੇ ਤਾਂ ਇੱਕ ਹੋਰ ਹਿਸਾਬ ਕਿਤਾਬ ਚੱਲਿਆ ਹੋਇਆ ਸਰੋਇਆ ਸਾਹਿਬ ਵੀ 20 ਰੁਪਏ ਟਿਕਟ ਤੇ ਬੰਦੇ ਨੇ ਜਿਹੜਾ ਨਵਾ ਰਿਹਾ ਤੇ ਜਿਹੜਾ 20 ਰੁਪਈਏ ਇੱਥੇ ਟਿਕਟ ਲਾਓ ਮੈਂ ਤਾਂ ਕਹਿੰਦਾ ਸਕੂਨ ਨਾਲ ਆਪਣੀ ਦਿਹਾੜੀ ਆ ਜਿਹੜਾ ਅੱਛਾ ਚਲੋ ਮਜ਼ਾਕ ਦੀ ਗੱਲ ਆ ਵੈਸੇ ਆ ਸਰੋਇਆ ਸਾਹਿਬ ਦੇ ਆਹ ਜਿਹੜੇ ਪੈਸੇ ਆ ਨਾ ਸਭ ਤੋਂ ਚੰਗੇ ਆਹ ਲੱਗੇ ਸਭ ਤੋਂ ਚੰਗੇ ਪੈਸੇ ਚਲੋ ਯੂਟਿਊਬ ਤੋਂ ਕੱਟਾ ਅੱਛਾ ਲੈ ਰਹੇ ਚਲੋ ਬਾਹਰ ਸਾਰੇ ਮਿਕਸ ਅਪ ਹੀ ਆ ਨਾ ਲੇਕਿਨ ਉਹਦੇ ਨਾਲ ਇਹ ਆ ਕਿ ਇਹ ਬਹੁਤ ਅੱਛੇ ਜਗ੍ਹਾ ਤੁਹਾਡੇ ਪੈਸੇ ਲੱਗੇ ਇਹ ਉਹ ਇਨਵੈਸਟਮੈਂਟ ਆ ਜਿੰਨੇ ਆਉਣ ਲੱਗੇ ਜਿਹਨੂੰ ਕਹਿੰਦੇ ਨੇ ਕੁਕੜੀ ਲੋ ਦੇ ਆਂਡੇ ਦੇਣੇ ਪਾਣੀ ਤਾਂ ਬਿਲਕੁਲ ਦੇਖੋ ਨਾ ਉਹਨੂੰ ਇਤਨਾ ਖਰਚਾ ਨਾ ਪਾਣੀ ਦਾ ਖਾਦ ਜਿਹੜੀ ਇੱਕ ਵਾਰੀ ਪੈਣੀ ਬਿਲਕੁਲ ਠੀਕ ਹੈ ਨਾ ਜੀ ਪਾਣੀ ਜਿਹੜਾ ਉਹ ਤੁਹਾਨੂੰ ਬਾਹਰ ਸਬਜ਼ੀ ਨੂੰ ਅੱਜ ਕੱਲ੍ਹ ਜੀ ਦੂਜੇ ਦਿਨ ਪਾਣੀ ਚਾਹੀਦਾ ਇਸ ਟੈਂਪਰੇਚਰ ਵੀ ਅਗਰ 2.5 ਲੱਖ ਰੁਪਏ ਦਾ ਮਹੀਨੇ ਚ ਲੱਗੇ ਨਾ ਤੇ 6 ਮਹੀਨੇ ਚ ਪੈਸੇ ਵਾਪਸ ਹੋ ਜਾਂਦੇ ਪੈਸੇ ਵਾਪਸ ਹੋ ਜਾਂਦੇ ਸਰਦਾਰ ਅਹਿਮਦ
ਜਲੇਬੀ ਖਾ ਲਾ। ਲਓ ਜੀ ਸਰੋਇਆ ਸਾਹਿਬ, ਥੈਂਕ ਯੂ ਜਨਾਬ, ਬੜੀ ਮਿਹਰਬਾਨੀ, ਬੜੀ ਖੁਸ਼ੀ ਹੋਈ ਜਨਾਬ। ਬੰਦ ਕਰਨਾ ਜੇਬ ਚ ਪਾ ਲਾ ਮੇਰਾ।